ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ 4 ਵਜੇ ਤੱਕ ਰੇਲਵੇ ਟਰੈਕ ਜਾਮ ਕਰਨਗੀਆਂ ਅਤੇ ਉਸਨੂੰ ਕਾਮਯਾਬ ਬਣਾਉਣ ਦੇ ਲਈ ਲੁਧਿਆਣੇ ਦੇ ਸਾਹਨੇਵਾਲ ਰੇਲਵੇ ਸਟੇਸ਼ਨ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਇਕੱਠ ਕਰਕੇ ਰੇਲਵੇ ਟਰੈਕ ਜਾਮ ਕਰ ਦਿੱਤੇ ਗਏ ਨੇ। ਤੁਸੀਂ ਵੀ ਵੇਖੋ ਇਹ ਤਸਵੀਰਾਂ। ਅੱਜ ਦਾ ਜਿਹੜਾ ਰੇਲ ਰੋਕਣ ਦਾ ਪ੍ਰੋਗਰਾਮ ਆ, ਇਹ ਜਿਹੜਾ 13 ਤਰੀਕ ਤੋਂ ਸਾਡਾ ਦੋਨਾਂ ਫੋਰਮਾਂ ਦਾ ਸੰਘਰਸ਼ ਚੱਲਦਾ ਪਿਆ ਵਾ ਦੋਨਾਂ ਬਾਰਡਰਾਂ ਦੇ ਉੱਪਰ, ਉਹਦੇ ਪ੍ਰੋਗਰਾਮ ਤਹਿਤ ਹੀ ਅੱਜ ਜਿਹੜੀ 12 ਤੋਂ 4 ਤੱਕ ਰੇਲ ਰੋਕਣ ਦਾ ਪ੍ਰੋਗਰਾਮ ਸੀਗਾ ਸਾਡਾ। ਕਿਹੜੀਆਂ ਕਿਹੜੀਆਂ ਅਹਿਮ ਮੰਗਾਂ ਨੇ ਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਛ ਮੰਗਾਂ 'ਤੇ ਸਹਿਮਤੀ ਵੀ ਬਣਦੀ ਹੋਈ ਨਜ਼ਰ ਆ ਰਹੀ ਹੈ, ਸਰਕਾਰ ਜਿਹੜੀ ਆ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਸਦਾ ਹੱਲ ਕੀਤਾ ਜਾਵੇ? ਦੇਖੋ, ਸਰਕਾਰ ਕਹਿ ਤਾਂ ਰਹੀ ਆ, ਸਰਕਾਰ ਇਕੱਲੀ MSP 'ਤੇ ਗੱਲ ਕਰ ਰਹੀ ਆ, ਸਾਡੀ ਨਾ ਤਾਂ ਕਰਜ਼ਾ ਮੁਕਤੀ 'ਤੇ ਗੱਲ ਕਰ ਰਹੀ ਆ, ਨਾ ਸਾਡੀਆਂ ਦੂਜੀਆਂ ਮੰਗਾਂ 'ਤੇ ਗੱਲ ਕਰ ਰਹੀ ਆ। ਦੂਜੀਆਂ ਮੰਗਾਂ 'ਤੇ ਤਾਂ ਗੱਲ ਕਰਨ ਨੂੰ, ਚਰਚਾ ਕਰਨ ਨੂੰ ਵੀ ਤਿਆਰ ਨਹੀਂ ਸਰਕਾਰ। ਅਤੇ ਇਹ ਜਿੰਨਾ ਚਿਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਸਰਕਾਰ ਦੇ ਮਨ 'ਚ ਵਹਿਮ ਆ, ਅਸੀਂ ਉੱਠ ਇਹ ਪਿੱਛਾ ਛੱਡਣ ਵਾਲੇ ਨਹੀਂ ਹੈਗੇ। ਇਸ ਵਾਰ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣਗੀਆਂ। ਇਲੈਕਸ਼ਨ ਨੇੜੇ ਨੇ, ਕਿੱਦਾਂ ਦੇਖਦੇ? ਸਰਕਾਰ ਨੇ ਔਖੀ ਹੋਣਾ ਇਲੈਕਸ਼ਨਾਂ 'ਚ, ਅਸੀਂ ਤਾਂ ਇਲੈਕਸ਼ਨ ਲੜਨੇ ਨਹੀਂ, ਇਲੈਕਸ਼ਨ ਸਰਕਾਰਾਂ ਨੇ ਲੜਨੇ ਆ। ਅਤੇ ਸਰਕਾਰਾਂ ਨੇ ਔਖੇ ਹੋਣਾ ਵੀ ਉਹ ਆਣ ਕੇ ਪਿੰਡਾਂ 'ਚ ਜਵਾਬ ਤਾਂ ਦੇਣ ਸਾਨੂੰ ਵੀ ਜਿਹੜਾ ਸਾਡੇ ਨੌਜਵਾਨ ਦੇ ਗੋਲੀ ਕਿਸ ਕਾਨੂੰਨ ਦੇ ਤਹਿਤ ਚਲਾਈ ਗਈ, ਕਿਉਂ ਮਾਰੀ ਗਈ, ਇਹ ਗੱਲਾਂ ਦਾ ਜਵਾਬ ਜਨਤਾ ਮੰਗੂਗੀ ਔਰ ਜਨਤਾ ਨੂੰ ਜਵਾਬ ਦੇਣਾ ਪਊ ਇਹਨਾਂ ਨੂੰ। ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਨਾਲ ਵੀ ਕੁਛ ਜਿਹੜਾ MSP ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿ ਸਰਕਾਰ ਵੀ ਕੁਛ ਆਪਣੇ ਵੱਲੋਂ ਤੈਅ ਕਰੇ? ਵੈਸੇ ਤਾਂ ਇੱਕ ਸਾਡਾ ਫੈਡਰਲ ਢਾਂਚੇ ਦਾ ਇੱਕ ਸਮਝੌਤਾ ਹੋਇਆ ਸੀ ਸਰਕਾਰ ਨਾਲ, ਸੈਂਟਰ ਸਰਕਾਰ ਨਾਲ, ਵੀ ਜਿਹੜੇ ਖੇਤੀ ਕਾਨੂੰਨ ਨੇ, ਜਿੰਨੇ ਵੀ ਖੇਤੀ ਦੇ ਸੰਬੰਧ ਦੇ ਵਿੱਚ ਆ, ਇਹ ਸਾਰੇ ਵੱਧ ਅਧਿਕਾਰ ਜਿਹੜੇ ਆ ਸਟੇਟਾਂ ਕੋਲ ਆ, ਇਹਦਾ ਫੈਸਲਾ ਸਟੇਟਾਂ ਨੇ ਕਰਨਾ ਹੁੰਦਾ। ਇਹ ਤਾਂ ਧੱਕੇਸ਼ਾਹੀ ਆ, ਜਿਹੜੇ ਸਟੇਟਾਂ ਕੋਲ ਅਧਿਕਾਰ ਹੈ ਨਹੀਂ, ਸਾਰੇ ਅਧਿਕਾਰ ਸੈਂਟਰ ਲੈ ਕੇ ਬੈਠਾ, ਸੈਂਟਰ ਸਾਰੇ ਫੈਸਲੇ ਕਰ ਰਿਹਾ। ਇੱਥੇ ਮੰਨ ਲਓ ਪੰਜਾਬ ਦੇ ਵਿੱਚ ਕੋਈ ਹੋਰ ਫਸਲ ਹੁੰਦੀ ਆ, ਰਾਜਸਥਾਨ 'ਚ ਦੂਜੀ ਫਸਲ ਹੁੰਦੀ ਆ, ਦੂਜੀ ਜਗ੍ਹਾ ਦੂਜੀ ਹੁੰਦੀ ਆ, ਇਹ ਸਟੇਟਾਂ ਦੇ ਅਧਿਕਾਰ ਨੇ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।